ਪੰਜਾਬ ਕਹਿ ਲਓ ਜਾਂ ਫਿਰ ਉੱਡਦਾ ਪੰਜਾਬ, ਦੋਵਾਂ ਸ਼ਬਦਾਂ ਵਿੱਚ ਕੋਈ ਵੀ ਫਰਕ ਨਹੀਂ ਰਹਿ ਗਿਆ। ਪਿਛਲੇ ਕਰੀਬ ਇੱਕ ਹਫ਼ਤੇ ਵਿੱਚ 7 ਤੋਂ 10 ਪੰਜਾਬੀ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਚੁੱਕੇ ਨੇ ਅਤੇ ਪਿੱਛੇ ਰਹਿ ਗਈਆਂ ਨੇ ਰੋਂਦੀਆਂ ਵਿਲਕਦੀਆਂ ਮਾਵਾਂ। ਅਜਿਹਾ ਹੀ ਭਾਣਾ ਤਰਨ ਤਾਰਨ ਦੇ ਪਿੰਡ ਕੁਰਕਵਿੰਡ ਵਿੱਚ ਰਹਿੰਦੀ ਇੱਕ ਮਾਂ ਨਾਲ ਵੀ ਵਾਪਰਿਆ, ਜਿਸ ਦੇ ਪਤੀ ਦੀ ਮੌਤ ਤੋਂ ਬਾਅਦ ਉਸਦਾ ਇੱਕੋ ਇੱਕ ਸਹਾਰਾ ਉਸਦਾ 27 ਸਾਲਾ ਪੁੱਤ ਗੁਰਲਾਲ ਸਿੰਘ ਨਸ਼ੇ ਦੇ ਟੀਕੇ ਲਾਉਣ ਦੇ ਕਾਰਨ ਉਸ ਨੂੰ ਸਦਾ ਲਈ ਰੋਂਦੀ ਕੁਰਲਾਉਂਦੀ ਛੱਡ ਗਿਆ। ਹੋਰ ਤਾਂ ਹੋਰ, ਨਸ਼ੇ ਦੀ ਲੱਤ ਕਾਰਨ ਹੀ ਗੁਰਲਾਲ ਦੀ ਪਤਨੀ ਅਤੇ ਇਸ ਬੁੱਢੀ ਔਰਤ ਦੀ ਨੂੰ ਇਸ ਘਰ ਨੂੰ ਪਹਿਲਾਂ ਹੀ ਛੱਡ ਕੇ ਜਾ ਚੁੱਕੀ ਹੈ। ਜਿਹੜਾ 5-7 ਮਿੰਟਾਂ ਦੇ ਵਿੱਚ ਇਹਦੀ ਮੌਤ ਹੋ ਗਈ ਹੈ। ਉੱਥੇ ਲਾਗੇ ਜ਼ਮੀਨ ਹੈ ਪਿੰਡ ਦੇ ਨਾਲ, ਖਾਲ ਦੇ ਵਿੱਚ ਪਿਆ ਸੀ, ਅਤੇ ਬਹੁਤ ਬੁਰੀ ਹਾਲਤ ਨਾਲ ਭਾਅ ਜੀ ਇਹ ਮਰਿਆ ਹੈ। ਇਹਨਾਂ ਦੇ ਘਰ ਦਾ ਤਾਂ ਭਾਅ ਜੀ ਅੱਗੇ ਬਹੁਤ ਮਾੜਾ ਹਾਲਾਤ ਆ, ਮਤਲਬ ਕਿ ਡੈਡੀ ਜੀ ਇਹਦੇ ਇਹਨਾਂ ਦੇ ਅੱਗੇ ਹੈ ਨੀਗੇ, ਅਤੇ ਇਕੱਲਾ ਇਕੱਲਾ ਸੀ, ਅਤੇ ਮਾਂ ਵਿਚਾਰੀ ਵੀ ਹੁਣ ਇਕੱਲੀ ਰਹਿ ਗਈ ਹੈ, ਅਤੇ ਕੋਈ ਹਾਲ ਨਹੀਂ, ਬਹੁਤ ਮਾੜਾ ਹਾਲ ਹੋਇਆ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਹੱਥ ਵਿੱਚ ਸ੍ਰੀ ਗੁਟਕਾ ਸਾਹਿਬ ਫੜ ਕੇ ਪੰਜਾਬ ਵਿੱਚੋਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ, ਪਰ ਹੁਣ ਕੈਪਟਨ ਸਰਕਾਰ ਦੀ ਵਜ਼ਾਰਤ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨਸ਼ੇ ਦਾ ਮੁੱਦਾ ਕੈਪਟਨ ਸਰਕਾਰ ਦੇ ਧਿਆਨ ਵਿੱਚ ਲਿਆਉਣ ਦੀ ਗੱਲ ਕਹਿ ਰਹੇ ਨੇ। ਪਰ ਦੂਜੇ ਪਾਸੇ ਸਿੱਧੂ ਦੇ ਮੁਤਾਬਕ ਪੰਜਾਬ ਵਿੱਚ ਨਸ਼ਾ ਪਹਿਲਾਂ ਨਾਲੋਂ ਘੱਟ ਹੋ ਚੁੱਕਿਆ। ਮੂੰਹ ਪਰੇ ਨਹੀਂ ਕੀਤਾ ਜਾ ਸਕਦਾ, ਔਰ ਕੈਪਟਨ ਸਾਹਿਬ ਨਾਲ ਗੱਲ ਕਰਾਂਗੇ ਕਿਉਂਕਿ ਇਸ ਚੀਜ਼ ਦਾ ਡਾਇਰੈਕਟਲੀ ਪੁਲਿਸ ਡਿਪਾਰਟਮੈਂਟ ਦੇ ਨਾਲ ਤਾਲੁਕ ਹੈ। ਇਸ ਚੀਜ਼ ਨੂੰ ਸੁਲਝਾਉਣ ਦੇ ਲਈ ਅਗਰ ਕੋਈ ਪੋਲਿਸੀ ਆਏਗੀ, ਜੋ ਉਹਨਾਂ ਨੇ ਪਹਿਲਾਂ ਹੀ ਇੱਕ ਅਵੇਅਰਨੈਸ ਡਰਾਈਵ ਸ਼ੁਰੂ ਕੀਤੀ ਹੋਈ ਹੈ, ਤੰਦਰੁਸਤ ਪੰਜਾਬ ਸ਼ੁਰੂ ਕੀਤਾ ਹੋਇਆ, ਉਹਨਾਂ ਵੱਲੋਂ ਹਰ ਪ੍ਰਯਾਸ ਹੋ ਰਿਹਾ, ਉਹਨਾਂ ਨੇ ਸਿੱਟ ਵੀ ਬਣਾਈ ਹੋਈ ਹੈ, ਲੇਕਿਨ ਨਹੀਂ, ਦੇਖੀਏ ਮੇਰੀ ਗੱਲ ਸੁਣੋ, ਬਿਹਤਰ ਹੈ ਅੱਗੇ ਨਾਲੋਂ, ਲੇਕਿਨ ਜੇ ਤੁਸੀਂ ਕਹੋ ਵੀ ਇਰੈਡੀਕੇਟ ਹੋ ਗਿਆ, ਉਹਨੂੰ ਇਰੈਡੀਕੇਟ ਕਰਨ ਦੇ ਵਿੱਚ ਥੋੜ੍ਹਾ ਟਾਈਮ ਲੱਗੂਗਾ, ਔਰ ਮੈਂ ਸਮਝਦਾ ਕਿ ਪ੍ਰਯਾਸ ਹੋਣੇ ਚਾਹੀਦੇ ਨੇ। ਇਸ ਗੱਲ ਤੋਂ ਕੋਈ ਮੂੰਹ ਅਗਰ ਪਰੇ ਔਰ ਸ਼ੁਤਰਮੁਰਗ ਵਾਲੀ ਮੈਂਟੈਲਿਟੀ ਲਿਆਵੇ ਤਾਂ ਉਹ ਗਲਤ ਹੋਏਗਾ। ਉਧਰ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਹੈ। ਅੱਜ ਅੰਮ੍ਰਿਤਸਰ ਵਿੱਚ ਬੀਤੇ ਦਿਨਾਂ ਵਿੱਚ ਛੋਟੇ ਬੱਚੇ ਡਰੱਗਸ ਦਾ ਸ਼ਿਕਾਰ ਹੋ ਕੇ ਮਾਰੇ ਗਏ, ਅੱਜ ਉਹਨਾਂ ਦੇ ਪਰਿਵਾਰ ਉੱਜੜ ਗਏ। ਇਹ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਿਹਾ ਸੀ ਕਿ ਮੈਂ ਕਸਮ ਖਾਂਦਾ ਕਿ 1 ਮਹੀਨੇ ਹੀ ਮੈਂ ਸਾਰਾ ਨਸ਼ਾ ਬੰਦ ਕਰ ਦਿਆਂਗਾ। ਅੱਜ ਇਹਨਾਂ ਦੇ ਮੰਤਰੀ, ਇਹਨਾਂ ਦੇ MLA ਵੀ ਕਹਿ ਰਹੇ ਨੇ ਨਸ਼ਾ ਬਹੁਤ ਵੱਧ ਗਿਆ, ਪ੍ਰਮਾਣ ਹੈ ਛੋਟੇ ਬੱਚੇ ਨਸ਼ੇ ਦੇ ਕਰਕੇ ਮਰ ਰਹੇ ਨੇ। ਅਤੇ ਮੈਂ ਪੁੱਛਣਾ ਕੈਪਟਨ ਸਾਹਿਬ, ਜੇ ਹਿੰਮਤ ਹੈ
ਤਾਂ 15 ਮਹੀਨੇ ਬਾਅਦ ਗੁਟਕਾ ਸਾਹਿਬ ਫੜੋ ਔਰ ਜਨਤਾ ਨੂੰ ਕਹੋ ਕਿ ਮੈਂ ਨਸ਼ਾ ਮੁਕਤ ਕਰਤਾ, ਨਹੀਂ ਤੇ ਮਾਫੀ ਮੰਗੋ ਔਰ ਤਿਆਗ ਪੱਤਰ ਦਿਓ। ਖੈਰ ਸਰਕਾਰ ਜਾਂ ਸਰਕਾਰੀ ਨੁਮਾਇੰਦੇ ਕੁਝ ਵੀ ਕਹਿਣ, ਪਰ ਸੱਚਾਈ ਇਹ ਹੈ ਕਿ ਕਿਸੇ ਵੇਲੇ ਕੁਰਬਾਨੀਆਂ ਤੇ ਮਿਹਨਤੀ ਲੋਕਾਂ ਦੇ ਨਾਂ ਨਾਲ ਜਾਣਿਆ ਜਾਂਦਾ ਪੰਜਾਬ ਹੁਣ ਨਸ਼ਾ ਤਸਕਰੀ ਅਤੇ ਨਸ਼ੇ ਦੀ ਭੇਂਟ ਚੜ੍ਹੀ ਜਵਾਨੀ ਦੇ ਨਾਲ ਮਸ਼ਹੂਰ ਹੋ ਚੁੱਕਿਆ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।